performed at various television shows and programs with PTC Punjabi, with Charthi Kala TV, and is a dear friend. Minto, the mic is all yours. Thank you very much. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਪੈਸ਼ਲ ਥੈਂਕਸ ਟੂ ਜਸਵੀ ਭਾਅ ਜੀ, ਇਜ਼ ਵਨ ਆਫ ਦਾ ਫਾਈਨੈਸਟ ਡਾਇਰੈਕਟਰ ਆਈ ਹੈਵ ਐਵਰ ਸੀ। ਬਹੁਤ ਹੀ ਕ੍ਰੀਏਟਿਵ ਨੇ ਭਾਅ ਜੀ, ਔਰ ਮੂਵੀ ਹੁਣੇ ਦੇਖੀ ਅਸੀਂ, ਮਤਲਬ ਸਾਰੀ ਟੀਮ ਵਾਸਤੇ ਕਮਾਲ ਦੀ ਮੂਵੀ ਬਣਾਈ ਭਾਅ ਜੀ, ਮਤਲਬ ਸਾਡੀ ਅੱਖਾਂ 'ਚ ਹੰਝੂ ਆ ਗਏ ਪਿੱਛੇ ਬੈਠੇ। ਬਹੁਤ ਕਮਾਲ ਔਰ ਬਹੁਤ ਕ੍ਰੀਏਟਿਵ ਵਰਕ ਹੋ ਰਿਹਾ ਜਿੱਥੇ। ਸੋ ਪੰਜਾਬੀ ਸੱਚੀ ਬੜੇ ਕ੍ਰੀਏਟਿਵ ਹੁੰਦੇ ਆ। ਉਹ ਕ੍ਰੈਡਿਟ ਤਾਂ ਹੁੰਦੇ ਆ ਵੀ ਸਾਨੂੰ ਰੱਬੋਂ ਹੀ ਵਾਹਿਗੁਰੂ ਵੱਲੋਂ ਕੁਛ ਚੀਜ਼ਾਂ ਬਖਸ਼ੀਆਂ ਹੋਈਆਂ, ਸਾਡੀ ਭਾਸ਼ਾ, ਸਾਡਾ ਇਤਿਹਾਸ, ਅਸੀਂ ਪੰਜਾਬੀ। ਕਿਉਂਕਿ ਦੇਖ ਲਓ, ਅਮਰੀਕਾ ਦੇ ਵਿੱਚ ਹਰ ਘਰ 'ਚ 4G, ਜਪਾਨ ਦੇ ਵਿੱਚ ਹਰ ਘਰ 'ਚ 5G, ਪੰਜਾਬ ਦੇ ਵਿੱਚ ਹਰ ਘਰ 'ਚ ਸ਼ੁਰੂ ਤੋਂ 2G। ਕਿਉਂ 2G? ਤਾਂ ਸਾਡੇ ਤੇ ਮਿਹਰ ਆ, ਪੰਜਾਬੀ ਖੁਸ਼ ਨੇ, ਪਤਾ ਨਹੀਂ ਪਰ ਖੁਸ਼ ਨੇ। ਰੱਬੀ ਮੇਰ ਕਦੇ ਮੈਂ ਖੁਸ਼ ਹੋਣ ਗਿਆ। ਹਰ ਸਾਡੀ ਗੱਲ ਇੱਕ ਗੱਲ ਤੋਂ ਸ਼ੁਰੂ ਹੁੰਦੀ ਹੈ, ਹੋਰ ਭਰਾ ਕੀ ਹਾਲ, ਬਸ ਵਧੀਆ, ਤੂੰ ਸੁਣਾ? ਠੀਕ ਹੈ, ਠੀਕ। ਫਿਰ ਇੱਕ ਘੰਟਾ ਡਿਸਕਸ਼ਨ ਹੁੰਦੀ ਹੈ, ਐਂਡ ਤਾਂ ਫਿਰ ਹੋਰ ਠੀਕ ਠਾਕ ਆ ਸਰ, ਬਸ ਵਧੀਆ ਭਰਾ। ਇੱਕ ਘੰਟਾ ਵਿੱਚ ਤੁਸੀਂ ਕੀ ਕੀਤਾ ਜੀ, ਉਹੀ ਗੱਲ ਕਰਨੀ ਹੈ। ਪੰਜਾਬੀਆਂ ਦੇ ਮੇਰ ਆ, ਪੰਜਾਬੀ ਸ਼ੋਰਟਕਟ ਨੇ, ਹਰ ਗੱਲ 'ਤੇ ਖੁਸ਼ੀ ਮਨਾਉਂਦੇ ਨੇ। ਇੱਥੋਂ ਤੱਕ ਕਿ ਗੇਮ ਲੈ ਲਓ, ਪਿੰਡ ਡ੍ਰੌਪ ਸਾਇਲੈਂਟ ਗੇਮ, ਚੈਸ, ਉੱਤੇ ਬੜਕਾ ਮੰਨ ਗਿਆ, ਆ ਚੱਕ ਦੇ, ਸਾਡਾ ਆਪਣਾ ਹੀ ਸਟਾਈਲ ਆ। ਹੁਣ ਕੋਈ ਹਿੰਦੀ ਦੇ ਵਿੱਚ ਗਾਣਾ ਆਇਆ ਸੈਡਨੈਸ ਪ੍ਰੈਜੈਂਟ ਕਰਨੀ, ਕਿੰਨੇ ਉਹਨਾਂ ਨੇ ਜ਼ੋਰ ਲਾਇਆ। ਇਹ ਹਾਲ ਮਸਤੀ ਮਕਾਮ ਰੰਜਿਸ਼ ਬਹਾਰ ਹਿਜਰਾ ਬੇਚਾਰਾ, ਕਿੰਨੇ ਸੈਡ ਹੋ। ਸਾਡੇ ਇੱਥੇ ਸੈਡਨੈਸ ਨੂੰ ਨੱਚ ਕੇ ਪ੍ਰੈਜੈਂਟ ਕਰ ਦਿੰਦੇ, ਹੋ 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 ਪਰ ਜਦੋਂ ਕਿਸੇ ਦੇ ਵੱਜਦੀ ਨਾ ਚੀਕਾ ਫੋਕ ਬਣਾਉਂਦੀ। ਸਾਈਕੋਲੋਜੀ ਦਾ ਪੀ ਸਾਇਲੈਂਟ, ਨਿਮੋਨੀਆ ਦਾ ਪੀ ਸਾਇਲੈਂਟ ਆ, ਪਰ ਜਿਹਨੂੰ ਹੋ ਜਾਏ ਉਹ ਸਭ ਤੋਂ ਵੱਧ ਰੌਲਾ ਪਾਉਂਦਾ ਸ਼ਬਦਿੰਗ ਦਾ। ਇਹ ਸਾਇਲੈਂਟ ਕਿਉਂ ਹੋਣੀ ਇੰਗਲਿਸ਼ ਦੀ ਅੱਖਰ? ਕੀ ਗੱਲ ਇਹ ਵਿਆਹ ਬਣੇ, ਵਿਆਹ ਹੋਏ ਨਾ? ਐਜੂਕੇਸ਼ਨ 'ਚ ਬੜੀਆਂ ਚੀਜ਼ਾਂ ਇਹੋ ਜਿਹੀਆਂ ਹੈਗੀਆਂ, ਮਤਲਬ ਸਾਡੇ ਦਾਦੇ ਲਈ ਸੀਗੇ, ਉਹਨਾਂ ਨੇ ਵੀ ਲਾਲਚੀ ਕੁੱਤਾ ਪੜ੍ਹਿਆ, ਅਸੀਂ ਵੀ ਪੜ੍ਹੇ ਨੇ, ਸਾਡੀ ਅਗਲੀ ਜਨਰੇਸ਼ਨ ਨੇ ਵੀ ਉਹੀ ਪੜ੍ਹਨਾ। ਕੁੱਤਾ ਬੜਾ ਪਰੇਸ਼ਾਨ, ਕਿਉਂਕਿ ਬੱਚੇ ਬੜੇ ਕੰਫਿਊਜ਼ ਹੋਏ ਫਿਰਦੇ, ਉਹਨਾਂ ਨੂੰ ਇਸ ਮੰਨਿਆ ਕੁੱਤਾ ਬਹੁਤ ਵਫਾਦਾਰ ਹੁੰਦਾ ਜੇ, ਅਤੇ ਉਹਦੀ ਸਟੋਰੀ ਭੇਜ ਲਾਲਚੀ ਕੁੱਤਾ, ਵੀ ਇਹ ਬਹੁਤ ਲਾਲਚੀ ਹੁੰਦਾ। ਕੁੱਤਾ ਬੜਾ ਪਰੇਸ਼ਾਨ, ਸੜਕਾਂ ਕਿੱਥੇ ਨੇ ਭਰਾਵਾ, ਮੈਂ ਦੱਸੋ ਸੀ ਮੈਂ ਕੀ ਹੈ। ਇੱਕ ਪਾਸੇ ਕਹਿੰਦੇ ਨੇ ਥਰਸਟੀ ਕਰੋ, ਉਹ ਕਾਂ ਬੜਾ ਸਿਆਣਾ ਹੈ, ਵੀ ਘੜਾ ਪਿਆ ਸੀ ਪਾਣੀ ਥੱਲੇ ਸੀ, ਉਹਨੇ ਵੱਟੇ ਪਏ, ਇੰਟੈਲੀਜੈਂਟ ਕਰੋ, ਕਾਂ ਠੀਕ ਗਾਂ ਗਿਆ। ਦੂਜੀ ਸਟੋਰੀ ਬਣਾਈ ਕਾਂ ਦੀ, ਲੋਮੜੀ ਆਈ, ਕੌਵਾ ਉੱਤੇ ਬੈਠਾ, ਉਹਨੇ ਕਿਹਾ ਕਾਂ ਤੇਰੀ ਆਵਾਜ਼ ਬੜੀ ਸੋਹਣੀ ਹੈ। ਉਹਨੇ ਗਾਣਾ ਗਾਇਆ, ਉਹਦਾ ਟੁਕੜਾ ਰੋਟੀ ਦਾ ਥੱਲੇ ਡਿੱਗ ਪਿਆ, ਲੋਮੜੀ ਲੈ ਕੇ ਭੱਜ ਗਈ, ਕਾਂ ਬੇਵਕੂ। ਉਹ ਕਾਂ ਬੜਾ ਪਰੇਸ਼ਾਨ, ਕਹਿੰਦਾ ਯਾਰ ਮੈਨੂੰ ਦੱਸੋ ਮੈਂ ਕੀ ਹਾਂ। ਕਾਂ ਤੋਂ ਵੱਧ ਪਰੇਸ਼ਾਨ ਮੋਰ, ਉਹ ਰਾਸ਼ਟਰੀ ਪਕਸ਼ੀ ਆ, ਉਹ ਕਹਿੰਦਾ ਯਾਰ ਮੈਂ ਰਾਸ਼ਟਰੀ ਪਕਸ਼ੀ, ਇਸ ਕਹਾਣੀ ਮੇਰੀ ਤੀਕ ਬਣਾਈ, ਕੋਈ ਕਹਾਣੀ ਕਾਂ ਦੀ ਬਣਾਈ। ਪਰੇਸ਼ਾਨੀ ਚੱਲ ਰਹੀ, ਕਨਫਿਊਜ਼ਨ ਚੱਲ ਰਿਹਾ। ਸਭ ਤੋਂ ਵੱਡਾ ਕਨਫਿਊਜ਼ਨ ਹੈ ਸਾਇੰਸ ਦੇ ਵਿੱਚ। ਆਈ ਹੈਵ ਡਨ ਸਾਇੰਸ ਮੈਡੀਕਲ, BSc ਮੈਡੀਕਲ, ਬਾਅਦ ਮੈਂ MSc ਬੋਟਨੀ ਕੀਤੀ, ਤਾਂ ਮੈਨੂੰ ਸਾਇੰਸ 'ਚ ਬੜੀ ਪ੍ਰੋਬਲਮ ਹੋਈ, ਮੈਨੂੰ ਸਮਝ ਨਹੀਂ ਆਈ ਅੱਜ ਤੱਕ ਉਹਦੀ। ਕਿਉਂਕਿ ਸਾਇੰਸ ਕਹਿੰਦੀ ਹੈ, ਹਰ ਕਿਤਾਬ 'ਚ ਲਿਖਿਆ ਵੀ ਬੰਦਾ ਬਾਂਦਰ ਤੋਂ ਬਣਿਆ, ਸਾਇੰਸ ਨੇ ਅੱਜ ਤੱਕ ਇਹ ਨਹੀਂ ਦੱਸਿਆ ਵੀ ਜਨਾਨੀ ਕਾਹ ਤੋਂ ਬਣੀ। ਉੱਥੇ ਵੀ ਬੰਦਿਆਂ ਦਾ ਧੱਕਾ ਕਰ ਲਿਆ। ਕੋਈ ਵੀ ਸਾਇੰਟਿਸਟ ਵੇਖ ਲਓ, ਸਾਰੇ ਦੱਸਿਆ ਵੀ ਨਿਊਟਨ ਰਾਤ ਨੂੰ 12 ਵਜੇ ਪੜ੍ਹਦਾ ਹੈ, ਗੈਲੀਲੀਓ ਰਾਤ ਨੂੰ ਲੈਟ ਦੇ ਵਿੱਚ ਜਾ ਕੇ ਤੇ ਪੜ੍ਹਦਾ ਹੈ। ਯਾਰ ਕੀ ਗੱਲ, ਇਹ ਰਾਤ ਨਹੀਂ ਪੜ੍ਹਦੇ, ਦਿਨੇ ਕੀ ਕਰਦੇ? ਇਹਦਾ ਚੰਗੀ ਤਰ੍ਹਾਂ ਇਨਵੈਸਟੀਗੇਸ਼ਨ ਕਰਕੇ ਵੇਖ ਲਓ, ਦਿਨੇ ਕੋਈ ਨਾ ਕੋਈ ਗਲਤ ਕੰਮ ਨਿਕਲਾਉਣਾ ਬਸ। ਸੋ ਅੱਜ ਦਾ ਜਿਹੜਾ ਮੇਨ ਹੈ, ਸ਼ੋਰਟ ਮੂਵੀਜ਼ ਬਣੀਆਂ, ਮੂਵੀਜ਼ ਦੇ ਵਿੱਚ ਸਾਰੇ ਦਾ ਆਪਣਾ ਆਪਣਾ ਵਿਊ ਆ, ਹਰ ਚੀਜ਼ ਆਪਣੀ ਜਗ੍ਹਾ 'ਤੇ ਇੰਪੋਰਟੈਂਟ ਹੁੰਦੀ ਹੈ, ਪਰ ਮੇਰੇ ਹਿਸਾਬ ਨਾਲ
सब तो जी इंपोर्टेंट चीज़ है BGM जिन्हों कहने बैकग्राउंड म्यूजिक जो पिछे चल रहा चाहे वह नाटक हो अवे नाटक नागिन चलता टीवी के हम फिल्म का एक मैं सीन दसदा तुहानू बड़ा प्यारा सीन है माँ होस्पिटल च पई है मुंडा आया आ के उन्हें सीन किया विदाउट म्यूजिक सीन किदा हो माँ क्या हुआ बेटा कुछ नहीं माँ तू फिक्र मत कर मुझे तेरे चरणों की सौगंध मैं तेरा बदला लूंगा बेटा मेरा आशीर्वाद तुम्हारे साथ है चलो मजा आया नहीं ना आया हूँ ऐसी चीज म्यूजिक पाते कि मैं पाती माँ पही है मुंडा आया माँ पही नाले मुंडे ने आके देखे माँ पिछो क्या हुआ माँ अगो माँ का एक्सप्रेशन बेटा BGM मुझे तेरे चरणों की सौगंध है माँ जिसने भी तुम्हारी ये हालत की है मैं उसको छोड़ूंगा नहीं हाँ। सब तो इंपॉर्टेंट चीज होती है BGM पर आज के इस आर्ट एंड फिल्म फेस्टिवल सच्ची अपन लिस्ट तो बहुत लंबी है बहुत ही ज्यादा क्रिएटिव बहुत ही ज्यादा मजेदार चीजा और ये सब तो जो किसी का वड्डा हाथ है वह है जी सीक्वेंस वाले का जोरदार तालियां उन्होंने लिए बहुत ही वड्डा उपराला कर रहे हैं मतलब हर पंजाबी का पहला ते अपनी डेस्टिनेशन कनेडा होंदा उन्होंने इतने हाथ दसदा जी कहिंदा इत्थे वेखो इत्थे कनेडा कर देना सो बड़ी बड़ा कमाल का उपराला और बड़ी कमाल की क्रिएटिविटी और इतों और जसवी भाजी की जोरदार तालियां जिन्होंने इतने सू सारे इकट्ठे किया और एदा ही साढ़े वालों और असी दुआ करते हैं भी हर साल की हर महीने तुम इदा फैसटिवल कराओ ताकि वो तो क्रिएटिविटी जी निकल गया बाहर आए धन्यवाद जी वाहेगुरू जी का खालसा वाहेगुरू जी की फतह थैंक यू